परिणिति दा किवें होया सौरियां दे घर स्वागत। निमरत वटे पर्दे ते निभावेगी महारानी जिंद कौर दा किरदार। माहिरा खान ने करवाया दूजा विआह ते अक्षय कुमार ने पर्दे ते निभाया किस पंजाबी शख्सियत दा किरदार। ਸਤਿ ਸ਼੍ਰੀ ਅਕਾਲ, ਮੈਂ ਹਾਂ ਤਾਹਿਰਾ ਅਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਐਂਟਰਟੇਨਮੈਂਟ ਰੈਪ, ਜਿੱਥੇ ਮੈਂ ਤੁਹਾਨੂੰ ਦੱਸਾਂਗੀ ਕਿ ਇਸ ਪੂਰੇ ਹਫ਼ਤੇ ਪੰਜਾਬੀ ਇੰਡਸਟਰੀ ਦੇ ਵਿੱਚ ਕੀ ਕੁਝ ਹੋਇਆ। ਪਰਿਣੀਤੀ ਚੋਪੜਾ ਦਾ ਆਪਣੇ ਸਹੁਰਿਆਂ ਦੇ ਘਰ ਆਲੀਸ਼ਾਨ ਸਵਾਗਤ ਹੋਇਆ। ਪਰਿਣੀਤੀ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਵਿਆਹ ਤੋਂ ਬਾਅਦ ਉਹ ਸਹੁਰੇ ਪਹੁੰਚੀ। ਵਿਆਹ ਤੋਂ ਬਾਅਦ ਦੀਆਂ ਰਸਮਾਂ ਵੀਡੀਓ ਵਿੱਚ ਨਜ਼ਰ ਆਈਆਂ। ਨਾਲ ਹੀ ਪਰਿਣੀਤੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਵਧੀਆ ਪਰਿਵਾਰ ਮਿਲਿਆ। ਪਰਿਣੀਤੀ ਅਤੇ ਰਾਘਵ ਚੱਡਾ ਨੇ ਉਦੈਪੁਰ ਦੇ ਲੀਲਾ ਪੈਲੇਸ ਦੇ ਵਿੱਚ ਵਿਆਹ ਕਰਵਾਇਆ ਸੀ। ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਇਸ ਹਫ਼ਤੇ ਵਿਆਹ ਕਰਵਾਇਆ। ਮਾਹਿਰਾ ਨੇ ਖੁਦ ਆਪਣੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀਆਂ। ਮਾਹਿਰਾ ਨੇ ਕਾਰੋਬਾਰੀ ਸਲੀਮ ਕਰੀਮ ਦੇ ਨਾਲ ਵਿਆਹ ਕਰਾਇਆ। ਮਾਹਿਰਾ ਖਾਨ ਮਸ਼ਹੂਰ ਪਾਕਿਸਤਾਨੀ ਪੰਜਾਬੀ ਫਿਲਮ ਦ ਲੈਜੈਂਡ ਆਫ ਮੌਲਾ ਜੱਟ 'ਚ ਵੀ ਨਜ਼ਰ ਆ ਚੁੱਕੀ ਹਨ। ਉਹ ਸ਼ਾਹਰੁਖ ਖਾਨ ਦੇ ਨਾਲ ਬਾਲੀਵੁੱਡ ਦੇ ਵਿੱਚ ਵੀ ਕੰਮ ਕਰ ਚੁੱਕੀ ਹਨ। ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ਗੋਸ਼ ਅਤੇ ਦੂਜੇ ਗਾਣੇ ਕੇਸ ਦਾ ਵੀਡੀਓ ਰਿਲੀਜ਼ ਹੋਇਆ। ਇਹ ਗਾਣਾ ਹਾਲੀਵੁੱਡ ਦੇ ਵਾਰਨਰ ਬ੍ਰਦਰ ਸਟੂਡੀਓਜ਼ ਦੇ ਵਿੱਚ ਸ਼ੂਟ ਕੀਤਾ ਗਿਆ। ਦਿਲਜੀਤ ਨੇ ਪੋਸਟ ਦੇ ਨਾਲ ਲਿਖਿਆ, ਦੇਸੀ ਬ੍ਰਦਰਜ਼ ਇਨ ਵਾਰਨਰ ਬ੍ਰਦਰਸ। ਗਾਣੇ ਦੇ ਵਿੱਚ ਦਿਲਜੀਤ ਦੇਸੀ ਪੰਜਾਬੀ ਪੋਸ਼ਾਕ ਦੇ ਵਿੱਚ ਨਜ਼ਰ ਆਏ। ਗਾਣੇ ਦਾ ਨਾਂ ਕੇਸ ਹੈ, ਜੋ ਇੱਕ ਭੰਗੜਾ ਗੀਤ ਹੈ। ਇਸ ਤੋਂ ਪਹਿਲਾਂ ਦਿਲਜੀਤ ਨੇ ਐਲਬਮ ਦਾ ਪਹਿਲਾ ਗਾਣਾ ਕੱਢਿਆ ਸੀ ਜੋ ਰੋਮਾਂਟਿਕ ਸੀ। ਕਲੀ ਜੋਟਾ ਦੀ ਕਾਮਯਾਬੀ ਤੋਂ ਬਾਅਦ ਹੁਣ ਸਤਿੰਦਰ ਸਰਤਾਜ ਪੰਜਾਬੀ ਫਿਲਮ ਸ਼ਾਇਰ ਦੇ ਵਿੱਚ ਨਜ਼ਰ ਆਉਣਗੇ। ਇਸ ਨੂੰ ਨੀਰੂ ਬਾਜਵਾ ਇੰਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ। ਸਰਤਾਜ ਨੇ ਫਿਲਮ ਦੇ ਪਹਿਲੇ ਦਿਨ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀਆਂ। ਨਾਲ ਹੀ ਉਹਨਾਂ ਨੇ ਲਿਖਿਆ, ਜਦੋਂ ਕੋਈ ਫਿਲਮ ਬਣਦੀ ਹੈ ਤਾਂ ਇਤਿਹਾਸ ਬਣਦਾ ਹੈ ਜੀ, ਕਾਲੇ ਕੈਮਰੇ 'ਚੋਂ ਲੰਘ ਕੇ ਹੀ ਤਾਂ ਕੋਈ ਖਾਸ ਬਣਦਾ ਹੈ। ਇਹ ਫਿਲਮ 2024 ਦੇ ਵਿੱਚ ਰਿਲੀਜ਼ ਹੋਵੇਗੀ। ਨਾਲ ਹੀ ਨਿਮਰਤ ਖਹਿਰਾ ਨੇ ਵੀ ਆਪਣੀ ਅਗਲੀ ਪੰਜਾਬੀ ਫਿਲਮ ਅਨਾਊਂਸ ਕੀਤੀ। ਫਿਲਮ ਮਹਾਰਾਣੀ ਜਿੰਦ ਕੌਰ 'ਤੇ ਅਧਾਰਿਤ ਹੈ ਅਤੇ ਨਿਮਰਤ ਹੀ ਇਸ ਦੇ ਵਿੱਚ ਮੁੱਖ ਕਿਰਦਾਰ ਨਿਭਾਏਗੀ। ਫਿਲਮ 2025 ਦੇ ਵਿੱਚ ਰਿਲੀਜ਼ ਹੋਏਗੀ। ਇਸ ਹਫ਼ਤੇ ਅਕਸ਼ੈ ਕੁਮਾਰ ਦੀ ਫਿਲਮ ਮਿਸ਼ਨ ਰਾਨੀਗੰਜ ਰਿਲੀਜ਼ ਹੋਈ। ਇਹ ਫਿਲਮ ਜਸਵੰਤ ਗਿੱਲ ਦੀ ਬਾਇਓਪਿਕ ਹੈ। ਜਸਵੰਤ ਗਿੱਲ ਨੇ ਕੋਲੇ ਦੀ ਇੱਕ ਮਾਈਨ 'ਚੋਂ 65 ਮਜ਼ਦੂਰਾਂ ਦੀ ਜਾਨ ਬਚਾਈ ਸੀ। ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਪਰਿਣੀਤੀ ਚੋਪੜਾ ਨਜ਼ਰ ਆ ਰਹੀ ਹਨ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 2,80,00,000 ਰੁਪਏ ਦੀ ਕਮਾਈ ਕੀਤੀ, ਹਾਲਾਂਕਿ ਫਿਲਮ ਤੋਂ ਕਈ ਵੱਧ ਉਮੀਦਾਂ ਸਨ। ਸੋ ਇਹ ਸੀ ਇਸ ਹਫ਼ਤੇ ਦਾ ਰੈਪ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਦਿਓ ਇਜਾਜ਼ਤ। ਬਾਏ ਬਾਏ।